ਸਾਈ ਸੀ ਉਹਦੇ ਘਰ ਉਹਨਾਂ ਦਾ ਪਿਆਰ ਸੀ ਕਿਸੇ ਵਕਤ ਦੇ ਚ ਉਹ ਉਹਦੇ ਘਰ ਆ ਗਿਆ ਠੀਕ ਹੈ ਜੇ ਘਰ ਆ ਗਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਈਆਂ ਦੇ ਘਰ ਯਾਰ ਉਹ ਦਰਵੇਸ਼ਾਂ ਤੋਂ ਬੰਦੇ ਆਏ ਨੇ ਤੇ ਉਹ ਤੂੰ ਇਹਨਾਂ ਨੂੰ ਕੱਢ ਤੂੰ ਇੱਥੇ ਕਹਿ ਲਈ ਰੱਖ ਲੈ ਨਹੀਂ ਉਹ ਫਿਰ ਵਿਚਾਰਾ ਮਜਬੂਰ ਹੋ ਗਿਆ ਉਸ ਆਖਿਆ ਵੇ ਲੰਬੜਦਾਰ ਗੱਲ ਇਹ ਵੇ ਹੁਣ ਮੇਰੇ ਵੱਸ ਦੀ ਗੱਲ ਕੋਈ ਨਹੀਂ ਰਹਿ ਗਈ ਚਲੋ ਮੈਂ ਜਿਹੜੇ ਕੋਈ ਬਾਰਿਸ਼ ਲੱਥੀ ਅੱਛਾ ਬਾਰਿਸ਼ ਲੱਥੀ ਦੇ ਵਿੱਚ ਉਸ ਇਹ ਪਰਾਂ ਸਾਡੇ ਤੋਂ ਸਾਈਆਂ ਦੀ ਬਸਤੀ ਉੱਥੇ ਸਨ ਉਹ ਪਰਾਂ ਨੇ ਕਲਰ ਨੂੰ ਕੱਢੇ ਇਹ ਜੀਆਂ ਨੂੰ ਪਤਾ ਲੱਗ ਗਿਆ ਜੀ ਪੈ ਗਿਆ ਕੁੱਦ ਕੇ ਇਹਨਾਂ ਸਾਰੇ ਦੇ ਸਾਰੇ ਹੀ ਮਾਰ ਛੱਡੇ ਜੇ ਦੋ ਬੱਚੀਆਂ ਬੱਚੀਆਂ ਤਾਂ ਉਹ ਇੱਕ ਬੱਚੀ ਨੇ ਨਾ ਇੱਕ ਬਾਬਾ ਸੀ ਉਹਦੀਆਂ ਲੱਤਾਂ ਨੂੰ ਜੱਫਾ ਮਾਰ ਲਿਆ ਉਸ ਬੰਦਿਆਂ ਨੂੰ ਡੱਕ ਦਿੱਤਾ ਉਸ ਆਖਿਆ ਬਈ ਖਬਰਦਾਰ ਜਿਹੜਾ ਇਹ ਬੱਚੀ ਵੱਲ ਹੋਇਆ ਦੂਜੀ ਬੱਚੀ ਜਿਹੜੀ ਹੈ ਨਾ ਉਹ ਵਿਚਾਰੀ ਜਿਉਂ ਭੱਜੀ ਨਾ ਵੱਲਾ ਆਲਮ ਕੀ ਰੱਬ ਉਹਦਾ ਸਬੱਬ ਲਾਇਆ ਜਾਂ ਕਿਸ ਹੀਲੇ ਉਹ ਕੈਂਪ ਦਾ ਇੰਚਾਰਜ ਉਸ ਉਹ ਬੱਚੀ ਤੋਂ ਉਹ ਬੱਚੀ ਰੋਵੇ ਬੜੀ ਉੱਥੇ ਉਸ ਬੱਚੀ ਨੂੰ ਉਹ ਪੁੱਛਿਆ ਵੀ ਬੱਚਾ ਤੈਨੂੰ ਕੀ ਹੈ ਦੱਸ ਦੇ ਸਹੀ ਉਸ ਆਖਿਆ ਜੀ ਅੰਜ ਸਾਡੇ ਨਾਲ ਸਾਰੇ ਜੀ ਮਰ ਗਏ ਨੇ ਅਤੇ ਅਸੀਂ ਉਹ ਬਾਬੇ ਨੇ ਨਾ ਬੱਚੀ ਆਪਣੀ ਧੀ ਬਣਾਈ ਜੋ ਧੀਆਂ ਨੂੰ ਸਾਂਭੀ ਦੇਣਾ ਇਸ ਤਰੀਕੇ ਨਾਲ ਉਹਨੂੰ ਬਾਬੇ ਨੂੰ ਪਤਾ ਲੱਗ ਗਿਆ ਬਾਬਾ ਚੱਠਾ ਸੀ ਉਹ ਨਾ ਲੁਕਾ ਛੱਡੀ ਉਸ ਬੱਚੀ ਰੱਬ ਨੇ ਉਮਰ ਵਧਾਈ ਹੈ ਅਤੇ ਇਹ ਸਾਰੀ ਉਮਰ ਇਸੇ ਗੱਲ 'ਤੇ ਵਿਚਾਰੀਆਂ ਸਹਿਕਦੀਆਂ ਰਹਿੰਦੀਆਂ ਵੀ ਅਸੀਂ ਦੋ ਭੈਣਾਂ ਹਾਂ ਅਤੇ ਇਕੱਠੀਆਂ ਅਸੀਂ ਵੀ ਨਹੀਂ ਰਹੀਆਂ ਉਹ ਉੱਥੇ ਮਰ ਜਾਏਗੀ ਕਿਲੇ ਸਹਿ ਕੇ ਅਤੇ ਇਹ ਇੱਥੇ ਮਰ ਜਾਏਗੀ ਇਹ ਸੂਫੀ ਸਾਹਿਬ ਉਦੋਂ ਕੰਮ 'ਤੇ ਹੀ ਉਹਦਾ ਜਿਹੜਾ ਸੀ ਨਾ ਬੜਾ ਹਿਸਾਬ ਨਾਲ ਗਲਤ ਜਿਹਾ ਬਣਿਆ ਸੀ ਇੱਥੋਂ ਫਿਰ ਜੀ ਜਦੋਂ ਨਿਕਲੇ ਨੇ ਨਾ ਸਾਡੇ ਪਿੰਡ ਦੀਆਂ ਤਿੰਨ ਚਾਰ ਬੰਦੇ ਜਿਹੜੇ ਇੰਨਾ ਮਾਰੇ ਹਨ ਨਾ ਅਤੇ ਉਹਨਾਂ ਇੰਨਾ ਯੋਗਾਂ ਦੇ ਵਿੱਚ ਪਿੱਛੇ ਪਾ ਕੇ ਨਾ ਪਾਣੀ ਸੀ ਨਾ ਥਾਣਦਾਰ ਆਇਆ ਉਸਨੇ ਆ ਕੇ ਤੀਜੇ ਚੌਥੇ ਦਿਨ ਨਾਲ ਫਿਰ ਮੇਰਾ ਮਤਲਬ ਉਹ ਪਤਾ ਕੀਤਾ ਅਤੇ ਜਿਹੜੇ ਸੁੱਟ ਕੇ ਆਏ ਸਨ ਫਿਰ ਉਸ ਉਹਨਾਂ ਨੂੰ ਲਿਆ ਨਾਲ ਇਹ ਸ਼ੇਰੇ ਦੇ ਕੋਟ ਦਾ ਮੰਗਲ ਸਿੰਘ ਇੱਕ ਹੋਇਆ ਠੀਕ ਹੈ ਸਰਦਾਰ ਮੰਗਲ ਸਿੰਘ ਬੜਾ ਵੱਡਾ ਲੈਨ ਲਾਟ ਆਦਮੀ ਜਿਵੇਂ ਚੌਰੀ ਫਤਿਹ ਸਿੰਘ ਸਾਰਾ ਨਾਲ ਗਿਆ ਸੀ ਬਲੇਰ ਫਿਰ ਇਹਨਾਂ ਦਾ ਨਾ ਇਕੱਠ ਹੋਇਆ ਬੜਾ ਉੱਥੇ ਕੈਂਪ ਲੱਗਾ ਕੈਂਪ ਲੱਗਾ ਉੱਥੇ ਫਿਰ ਜਿਸ ਵਕਤ ਇਹਨਾਂ ਦਿਲੋਂ ਤੇ ਇਹ ਚਲੋ ਇੱਥੋਂ ਅੱਗੋਂ ਫਿਰ ਪਰਾਂ ਫਰੂਕਾਬਾਦ ਨੂੰ ਨਿਕਲਾਂ ਗੱਡੀ ਚੜਾਂਗੇ ਜਿੱਥੇ ਵੀ ਅੱਗੋਂ ਫਿਰ ਘੁੰਮਣ ਖੜਨਾ ਹੋ ਗਿਆ ਲੈ ਜਾ ਇਹ ਫਿਰ ਜਨਾਬ ਮੇਰੀ ਦੁਆਲਿਓਂ ਫਿਰ ਪਿੰਡ ਜੋੜ ਕੇ ਦੁਆਲਿਓਂ ਜਿਹੜੇ ਕੋਈ ਪੰਜ ਦਸ ਪਿੰਡ ਪਏ ਉਹਨਾਂ ਨੂੰ ਇਹਨਾਂ ਫਿਰ ਇੰਨੀ ਕੁ ਉੱਥੇ ਵੱਡਾ ਵਢਾਈ ਸ਼ੁਰੂ ਕੀਤੀ ਅਤੇ ਮੇਰਾ ਮਤਲਬ ਖੂਹ ਭਰ ਛੱਡੇ ਇਹਨਾਂ ਲੋਕਾਂ ਉਹ ਸਰਦਾਰ ਸਿੰਘ ਆਇਆ ਨਾ ਅੱਛਾ ਉਹ ਰਿਹਾ ਫਿਰ ਇੱਥੇ ਉਹ ਸਾਰਾ ਪਿੰਡ ਫਿਰ ਉਹਨੂੰ ਫੜਾਇਆ ਸਾਂ ਅੱਛਾ ਉਹ ਫਿਰ ਦੱਸੇ ਸਾਨੂੰ ਆਹ ਫਲਾਣੇ ਦਾ ਘਰ ਸੀ ਆਹ ਫਲਾਣੇ ਦਾ ਘਰ ਸੀ ਆਹ ਫਲਾਣੇ ਦਾ ਘਰ ਸੀ ਉਹ ਜਿਹੜਾ ਕਿੰਗਰ ਵਾਲੀ ਵਾਲਾ ਸਿੱਖ ਸੀ ਨਾ ਬੜੇ ਕੱਦ ਵਾਲਾ ਅਤੇ ਬੜਾ ਜਣਾ ਭਾਰਾ ਅਤੇ ਸੋਹਣਾ ਮੇਰਾ ਚਾਚਾ ਵੀ ਉੱਥੇ ਮਰ ਗਿਆ ਮੇਰਾ ਭਰਾ ਵੀ ਮਰ ਗਿਆ ਚਾਚੇ ਦਾ ਪੁੱਤਰ ਅਤੇ ਇਸ ਵਜ੍ਹਾ ਤੋਂ ਫਿਰ ਮੇਰਾ ਸਾਡਾ ਨਾ ਉੱਥੇ ਜ਼ਖਮ ਤਾਜ਼ਾ ਨਾ ਹੋ ਜਾਵੇ ਜ਼ਖਮ ਮੇਰਾ ਆਉਣ ਤੇ ਥੋੜ੍ਹਾ ਜਿਹਾ ਸਿੱਖ ਨੇ ਉਹਨੂੰ ਅਸੀਂ ਜਾਣ ਲਿਆ ਅਤੇ ਉਸ ਉਹਨੂੰ ਆਖਿਆ ਮਨਜ਼ੂਰ ਇਹਨੂੰ ਆਖ ਮੇਰੇ ਮੱਥੇ ਨਾ ਲੱਗੇ ਪੀਹਾਂ ਟੋਲ ਕੇ ਅਤੇ ਸੂਫੀ ਸਾਹਿਬ ਉਹ ਮਸਲਾ ਨਹੀਂ ਜੋ ਜਿਹਾ ਵਕਤ ਰੱਬ ਚਲੋ ਉਹ ਬਹਰਹਾਲ ਸਾਡੇ ਪਿੰਡ ਦਾ ਠੱਠ ਪਿਆਰ ਬੜਾ ਸੀ ਅੱਛਾ ਉਹ ਜਿਸ ਵਕਤ ਮਸਜਿਦ ਦੇ ਵਿੱਚ ਅਜ਼ਾਨ ਹੋਣੀ ਨਾ ਅਤੇ ਉਸ ਨਾਲ ਉਹ ਆਪਣਾ ਉਹ ਸੰਘ ਪੂਰਨਾ ਉਹ ਧੂਤਾ ਜਿਹਾ ਹੁੰਦਾ ਸੀ ਉਹਨਾਂ ਕੋਲ ਉਹਦੇ 'ਚ ਉਹ ਫੂਕ ਮਾਰਨੀ ਅਤੇ ਆਵਾਜ਼ ਫਿਰ ਉਹਦਾ ਬੜਾ ਨਿਕਲਣਾ ਉਹ ਫਿਰ ਉਹਨੂੰ ਸੱਦਿਆ ਉਹ ਸੱਦਿਆ ਸਾਡੀ ਗੱਲ ਸੁਣ ਲੈ ਗੋ ਸਾਡਾ ਮਜ਼ਹਬ ਹੋ ਰਿਹਾ ਬਿਲਕੁਲ ਠੀਕ ਜੇ ਉਹਨਾਂ ਦੀ ਅਜ਼ਾਨ ਤੋਂ ਜਾਂ ਹੁਣ ਸਾਡੇ ਕੋਲ ਇੱਥੇ ਤੁਹਾਡੇ ਦਰਵੇਸ਼ਿਆਂ ਤੋਂ ਇੱਕ ਨੰਬਰਦਾਰਾਂ ਦਾ ਘਰ ਸੀ ਉਹ ਇੱਥੇ ਆ ਗਿਆ ਅੱਛਾ ਉਹਨਾਂ ਨੇ ਮੇਰਾ ਮਤਲਬ ਆ ਕੇ ਨਾ ਇੱਕ ਸਾਈ ਸੀ ਉਹਦੇ ਘਰ ਉਹਨਾਂ ਦਾ ਪਿਆਰ ਸੀ
ਕਿਸੇ ਵਕਤ ਚ ਉਹ ਉਹਦੇ ਘਰ ਆ ਗਿਆ। ਜੇ ਘਰ ਆ ਗਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਈਆਂ ਦੇ ਘਰ ਯਾਰ ਉਹ ਦਰਵੇਸ਼ਾਂ ਤੋਂ ਬੰਦੇ ਆਏ ਨੇ ਤੇ ਉਹ ਮੇਰਾ ਮਤਲਬ ਉਹਨਾਂ ਸਾਈ ਨੂੰ ਨਾ ਸੌੜਿਆਂ ਕਰ ਲਿਆ ਦੁਆਲਿਓ ਬੰਦਿਆਂ। ਜੇ ਸੌੜਿਆਂ ਕਰ ਲਿਆ ਵੀ ਤੂੰ ਇਹਨਾਂ ਨੂੰ ਕੱਢ ਤੂੰ ਇੱਥੇ ਕਹਿ ਲਈ ਰੱਖ ਲੈ ਨਹੀਂ ਉਹ ਫਿਰ ਵਿਚਾਰਾ ਮਜਬੂਰ ਹੋ ਗਿਆ। ਉਹ ਸਕਿਆ ਵੇ ਲੰਬੜਦਾਰ ਗੱਲ ਇਹ ਵੇ ਹੁਣ ਮੇਰੇ ਵੱਸ ਦੀ ਗੱਲ ਕੋਈ ਨਹੀਂ ਰਹਿ ਗਈ। ਚਲੋ ਮੈਂ ਜਿਹੜੇ ਕੋਈ ਦੋ ਚਾਰ ਦਿਨ ਤੁਹਾਡੇ ਟਪਾਏ ਨੇ ਇਹ ਭਾਈ ਤੁਹਾਡੇ ਸਿਰ ਆਸਾਨ ਕੋਈ ਨਹੀਂ ਅਤੇ ਚਲੋ ਤੁਹਾਡਾ ਪਿਆਰ ਸੀ ਮੇਰੇ ਨਾਲ ਹੁਣ ਮੈਂ ਮਜਬੂਰ ਹਾਂ ਅਤੇ ਤੁਸੀਂ ਨਾ ਤੁਹਾਨੂੰ ਮੈਂ ਕੱਢਣਾ। ਬਾਰਿਸ਼ ਲੱਥੀ ਬਾਰਿਸ਼ ਲੱਥੀ ਦੇ ਵਿੱਚ ਉਸ ਇਹ ਪਰਾਂ ਸਾਡੇ ਤੋਂ ਥਾਈਆਂ ਦੀ ਬਸਤੀ ਉੱਥੇ ਸਨ ਉਹ ਪਰਾਂ ਨੇ ਕਲਰ ਨੂੰ ਕੱਢੇ ਇਹ ਜੀਆਂ ਨੂੰ ਪਤਾ ਲੱਗ ਗਿਆ ਜੀ ਪੈ ਗਿਆ ਕੁੱਦ ਕੇ ਇਹਨਾਂ ਸਾਰੇ ਦੇ ਸਾਰੇ ਹੀ ਮਾਰ ਛੱਡੇ। ਜੇ ਸਾਰੇ ਹੀ ਮਾਰ ਛੱਡੇ ਐਡੀਆਂ ਐਡੀਆਂ ਨਾਲ ਦੋ ਬੱਚੀਆਂ ਬੱਚੀਆਂ ਜੇ ਦੋ ਬੱਚੀਆਂ ਬੱਚੀਆਂ ਤਾਂ ਉਹ ਇੱਕ ਬੱਚੀ ਨੇ ਨਾ ਇੱਕ ਬਾਬਾ ਸੀ ਉਹਦੀਆਂ ਲੱਤਾਂ ਨੂੰ ਜੱਫਾ ਮਾਰ ਲਿਆ ਉਸ ਬੰਦਿਆਂ ਨੂੰ ਡੱਕ ਦਿੱਤਾ। ਉਸ ਆਖਿਆ ਬਈ ਖਬਰਦਾਰ ਜਿਹੜਾ ਇਹ ਬੱਚੀ ਵੱਲ ਹੋਇਆ ਮੈਂ ਮਾਰ ਦਿਆਂਗਾ ਉਹਨੂੰ ਚਲੋ ਉਹਦਾ ਭਲਾ ਹੋਵੇ। ਦੂਜੀ ਬੱਚੀ ਜਿਹੜੀ ਹੈ ਨਾ ਉਹ ਵਿਚਾਰੀ ਜਿਉਂ ਭੱਜੀ ਨਾ ਵੱਲਾ ਆਲਮ ਕੀ ਰੱਬ ਉਹਦਾ ਸਬੱਬ ਲਾਇਆ ਜਾਂ ਕਿਸ ਹੀ ਲਿਓ ਉਹ ਗੁਜਰਾਂ ਵਾਲੇ ਕੈਂਪ 'ਚ ਪਹੁੰਚ ਗਈ। ਅੱਛਾ ਕਿਸੇ ਤਰੀਕੇ ਨਾਲ ਪਹੁੰਚ ਗਏ ਜਿਸ ਵੀ ਉਹਦੇ 'ਤੇ ਭਲਾ ਕੀਤਾ ਬਿਲਕੁਲ ਹੋਰ ਬੱਚੀ ਉਹ ਕੀ ਸੀ ਉਹਨੂੰ ਕੀ ਪਤਾ ਕਿਹੜੇ ਪਾਸੇ ਗੁਜਰਾਂ ਵਾਲਾ ਕਿਤੇ ਮਸਲਨ ਜਾਣਾ ਮੈਂ ਉਹ ਅੰਜ ਨੂੰ ਭੱਜ ਵੱਗੀ ਉਹਨੂੰ ਨਾ ਅੱਲਾ ਦੀ ਦਾਤ ਹੀ ਬਸ ਉੱਥੇ ਪੜਾ ਛੱਡਿਆ। ਉਸ ਜਿਹੜਾ ਸੀ ਨਾ ਕੈਂਪ ਦਾ ਇੰਚਾਰਜ ਉਸ ਉਹ ਬੱਚੀ ਤੇ ਉਹ ਬੱਚੀ ਰੋਵੇ ਬੜੀ ਉੱਥੇ ਉਸ ਬੱਚੀ ਨੂੰ ਉਹ ਪੁੱਛਿਆ ਵੀ ਬੱਚਾ ਤੈਨੂੰ ਕੀ ਹੈ ਦੱਸ ਦੇ ਸਹੀ। ਉਸ ਆਖਿਆ ਜੀ ਅੰਜ ਸਾਡੇ ਨਾਲ ਸਾਰੇ ਜੀ ਮਰ ਗਏ ਨੇ ਅਤੇ ਅਸੀਂ ਦੋ ਭੈਣਾਂ ਬੱਚੀਆਂ ਹਾਂ ਅਤੇ ਜਿਹਦੇ ਵਿੱਚ ਆ ਕੇ ਨਾ ਮੇਰੀ ਇੱਕ ਭੈਣ ਜਿਹੜੀ ਉੱਥੇ ਰਹਿ ਗਈ ਹੈ ਅਤੇ ਮੈਂ ਉੱਥੋਂ ਨੱਸ ਆਈ। ਉਸ ਆਖਿਆ ਬੇਟਾ ਪਿੰਡ ਕਿਹੜਾ ਸੀ ਉਸ ਆਖਿਆ ਪਿੰਡ ਡੇਲਾ ਚੱਠਾ। ਉਸ ਆਖਿਆ ਅਨਚਾਰੇ ਨੇ ਆਖਿਆ ਉਸ ਆਖਿਆ ਪੁੱਤਰ ਤੂੰ ਖਮੋਸ਼ ਰਹੋ ਅਤੇ ਮੈਂ ਤੇਰੇ ਵਾਸਤੇ ਦੁਆ ਕਰਨਾ ਜੇ ਮੇਰੀ ਮਨਜ਼ੂਰ ਹੋ ਗਏ। ਉਹ ਆਪਣਾ ਅਮਲਾ ਲੈ ਕੇ ਇੱਥੇ ਆਇਆ ਉਹ ਬਾਬੇ ਨੇ ਨਾ ਬੱਚੀ ਆਪਣੀ ਧੀ ਬਣਾਈ ਜੋ ਧੀਆਂ ਨੂੰ ਸਾਂਭੀ ਲੈਣਾ ਇਸ ਤਰੀਕੇ ਨਾਲ ਉਹਨੂੰ ਬਾਬੇ ਨੂੰ ਪਤਾ ਲੱਗ ਗਿਆ ਬਾਬਾ ਚੱਠਾ ਸੀ ਉਹ ਨਾ ਲੁਕਾ ਛੱਡੀ ਉਸ ਬੱਚੀ ਵੀ ਮੈਂ ਨਹੀਂ ਦੇਣੀ ਮੈਂ ਧੀ ਬਣਾਉਣੀ। ਉਹ ਅਨਚਾਰ ਜਿਹੜਾ ਸੀ ਨਾ ਕੈਂਪ ਦਾ ਉਹ ਸਾ ਕੇ ਉਹਦਾ ਬੜਾ ਤਰਲਾ ਲਿਆ ਉਸ ਆਖਿਆ ਬਾਬਾ ਵੇਖ ਮੇਰੀ ਗੱਲ ਸੁਣ ਜੀ ਤੇ ਅੱਗੇ ਉਹਨਾਂ ਦੇ ਮਰ ਗਏ ਨੇ ਸਾਰੇ ਇੱਥੇ ਇਹ ਜੇ ਇਹਨਾਂ ਦੀ ਰੱਬ ਨੇ ਉਮਰ ਵਧਾਈ ਹੈ ਅਤੇ ਇਹ ਸਾਰੀ ਉਮਰ ਇਸੇ ਗੱਲ 'ਤੇ ਵਿਚਾਰੀਆਂ ਸਹਿਕਦੀਆਂ ਰਹਿੰਦੀਆਂ ਵੀ ਅਸੀਂ ਦੋ ਭੈਣਾਂ ਹਾਂ ਅਤੇ ਇਕੱਠੀਆਂ ਅਸੀਂ ਵੀ ਨਹੀਂ ਰਹੀਆਂ ਉਹ ਉੱਥੇ ਮਰ ਜਾਏਗੀ ਕਿਲੇ ਸਹਿ ਕੇ ਅਤੇ ਇਹ ਇੱਥੇ ਮਰ ਜਾਏਗੀ ਅਤੇ ਤੇਰੀ ਤੂੰ ਖੁਦਾ ਵਾਸਤੇ ਕਰਕੇ ਰਹਿਮ ਕਰ ਦੇ ਕੋਈ ਗੱਲ ਨਹੀਂ ਹੈਂਜੀ ਮੈਂ ਤੇਰਾ ਤਰਲਾ ਕਰਨਾ ਤੂੰ ਮੇਰੇ 'ਤੇ ਰਹਿਮ ਕਰ ਦੇ। ਚਲੋ ਬਾਬੇ ਨੂੰ ਅੱਲਾਹ ਤਾਲਾ ਨੇ ਕੋਈ ਇਸ ਗੱਲ 'ਤੇ ਰਹਿਮ ਕੀਤਾ ਉਸ ਆਖਿਆ ਜਾਂਦਾ ਉਹ ਦੋਵੇਂ ਬੱਚੀਆਂ ਫਿਰ ਉਹ ਇਕੱਠੀਆਂ ਕੀਤੀਆਂ। ਚਲੋ ਅੱਲਾਹ ਪਾਕ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਵਧਾਈ ਹੈ ਅਤੇ ਆਪੇ ਕਦੀ ਨਾ ਕਦੀ ਗੁਫ਼ਤਗੂ ਕਰ ਬਹਿਣਦੀਆਂ ਜਾਂ ਸਾਡੇ ਨਾਲ ਹੈਂਜੀ ਇਹ ਸੂਫੀ ਸਾਹਿਬ ਉਦੋਂ ਕੰਮ 'ਤੇ ਹੀ ਉਹਦਾ ਜਿਹੜਾ ਸੀ ਨਾ ਬੜਾ ਹਿਸਾਬ ਨਾਲ ਗਲਤ ਜਿਹਾ ਬਣਿਆ ਸੀ। ਇੱਥੋਂ ਫਿਰ ਜੀ ਜਦੋਂ ਨਿਕਲੇ ਨੇ ਨਾ ਸਾਡੇ ਪਿੰਡ ਦੀਆਂ ਤਿੰਨ ਚਾਰ ਬੰਦੇ ਜਿਹੜੇ ਇੰਨਾ ਮਾਰੇ ਹਨ ਅਤੇ ਉਹਨਾਂ ਇੰਨਾ ਯੋਗਾਂ ਦੇ ਵਿੱਚ ਪਿੱਛੇ ਪਾ ਕੇ ਨਾ ਪਾਣੀ ਸੀ ਇਸ ਛੱਪੜ ਦੇ ਦੱਸ ਬੜਾ ਵੱਡੀ ਢਾਬ ਸੀ ਇਹਦੇ ਵਿੱਚੋਂ ਲੰਘਾ ਕੇ ਨਾ ਅਤੇ ਨਾ ਜਾ ਕੇ ਉਹ ਕੱਲਰ ਏ ਸੱਟੇ ਅਤੇ ਕੱਲਰ ਦੇ ਵਿੱਚ ਸੁੱਟ ਕੇ ਅਤੇ ਉੱਥੋਂ ਫਿਰ ਮੇਰਾ ਮਤਲਬ ਇਹ ਸੁੱਟ ਹੈ। ਫਿਰ ਉਹਨਾਂ ਥਾਣਦਾਰ ਆਇਆ ਉਸਨੇ ਆ ਕੇ ਤੀਜੇ ਚੌਥੇ ਦਿਨ ਨਾ ਫਿਰ ਮੇਰਾ ਮਤਲਬ ਇਹ ਉਹ ਪਤਾ ਕੀਤਾ ਅਤੇ ਜਿਹੜੇ ਸੁੱਟ ਕੇ ਆਏ ਸਨ ਫਿਰ ਉਸ ਉਹਨਾਂ ਨੂੰ ਲਿਆ ਨਾਲ ਲਿਓ ਚੁੱਕ ਕੇ ਉਹ ਫਿਰ ਉੱਥੇ ਕਰਕੇ ਨਾ ਭੱਠਾ ਹੁੰਦਾ ਸੀ ਇੱਕ ਪੁਰਾਣਾ ਜਿਹਾ ਇਹਨਾਂ ਖੱਤਰੀਆਂ ਦਾ ਉੱਥੇ ਫਿਰ ਉਹ ਵਿਚਾਰੇ ਗੁੱਟੋਏ ਛੁੱਕ ਡਾ ਕੇ ਅਤੇ ਉਹਨਾਂ ਦੇ ਉੱਤੇ ਮਿੱਟੀ ਪਵਾ ਛੱਡੀ ਹੈਂਜੀ
आइंदे भी फिर जुल्मो सितम जड़े ने ना वो होंदे रहे ने। इतों फिर कई जड़े ने मेरा मतलब इन्ना साड़िया इन्ना पिंडा दे वेच बंदे कुछ इन्ना दा एक करां कट होया सी खेरे दे कोट दा मंगल सिंह एक होया ठीक है सरदार मंगल सिंह बड़ा वड्डा लैंडलॉर्ड आदमी जिवें चौरी फतेह सिंह सारा नाल गया सी। हाँ जी हाँ जी ਖੇਰੇ ਕੋਟੀਆ ਗੱਲ ਬਣੀ ਸੀ ਵੀ ਤੂੰ ਕਿਹੜਾ ਯਾਰ ਖੇਰੇ ਕੋਟੀਆ ਸਾਡੇ ਵਾਸਤੇ ਆ ਗਿਆ ਬਿਲਕੁਲ ਠੀਕ ਹੈ ਮਿਸਾਲ ਦਿੰਦੇ ਹਨ ਲੋਕ ਇਹਦਾ ਜੋ ਉਹ ਸੀ ਅੱਛਾ ਤੇ ਇਹ ਫਿਰ ਇਕੱਠੇ ਹੋਏ ਨੇ ਜਾ ਕੇ ਸੁੱਖੇ ਕਿਆਂ ਦੇ ਤੋਂ ਅੱਗੇ ਪਿੰਡ ਸੀ ਇੱਕ ਪਲੇਰ ਪਲੇਰ ਹੈ ਸਾਂਗਲੇਹਾਲ ਦੇ ਨਾਲ ਸਾਂਗਲੇਹਾਲ ਦੇ ਨਾਲ ਪਲੇਰ ਪਿੰਡ ਸੀ ਪਲੇਰ ਫਿਰ ਇਹਨਾਂ ਦਾ ਨਾ ਇਕੱਠ ਹੋਇਆ ਬੜਾ ਉੱਥੇ ਕੈਂਪ ਲੱਗਾ ਕੈਂਪ ਲੱਗਾ ਉੱਥੇ ਫਿਰ ਜਿਸ ਵਕਤ ਇਹਨਾਂ ਦਿਲੋਂ ਤੇ ਇਹ ਚਲੋ ਇੱਥੋਂ ਅੱਗੋਂ ਫਿਰ ਪਰਾਂ ਫਰੂਕਾਬਾਦ ਨੂੰ ਨਿਕਲਾਂ ਗੱਡੀ ਚੜਾਂਗੇ ਜਿੱਥੇ ਵੀ ਅੱਗੋਂ ਫਿਰ ਘੁੰਮਲ ਖੜਨਾ ਹੋ ਗਿਆ ਲੈ ਜਾ ਇਹ ਫਿਰ ਜਨਾਬ ਮੇਰੀ ਦੁਆਲਿਓਂ ਫਿਰ ਪਿੰਡ ਜੋੜ ਕੇ ਦੁਆਲਿਓਂ ਜਿਹੜੇ ਕੋਈ ਪੰਜ ਦਸ ਪਿੰਡ ਪਏ ਉਹਨਾਂ ਨੇ ਇਹਨਾਂ ਫਿਰ ਇੰਨੀ ਕੁ ਉੱਥੇ ਵੱਡਾ ਵਢਾਈ ਸ਼ੁਰੂ ਕੀਤੀ ਅਤੇ ਮੇਰਾ ਮਤਲਬ ਖੂਹ ਭਰ ਛੱਡੇ ਇਹਨਾਂ ਲੋਕਾਂ ਖੂਹ ਭਰ ਛੱਡੇ ਹੈਂਜੀ ਉਹ ਪਲੇਅਰ ਪਿੰਡ ਦੇ ਵਿੱਚ ਨਾ ਇਹਨਾਂ ਫਿਰ ਲੋਕਾਂ ਖੂਹ ਭਰ ਛੱਡੇ ਲਾਸ਼ਾਂ ਨਾਲ ਐਂ ਦਾ ਮੇਰਾ ਮਤਲਬ ਹਿਸਾਬ ਕਿਤਾਬ ਲੱਗਾ ਸੀ ਉਂਝ ਫਿਰ ਨਹੀਂ ਨਾ ਵਕਤ ਕੋਈ ਯਾਦ ਰੱਖਿਆ ਵਕਤ ਨੂੰ ਯਾਦ ਰੱਖ ਕੇ ਟੁੱਟ ਜਾਏ ਤਾਂ ਫਿਰ ਕਿਸੇ ਦੇ ਉੱਤੇ ਐਡੀ ਛੇਤੀ ਅਦਲਾਮ ਜਾਂ ਧੱਬਾ ਦਿੱਤਾ ਨਹੀਂ ਜਾਂਦਾ ਨਾ ਦਿਲ ਹੀ ਮੰਨਦਾ ਹੈ ਹਾਂ ਜਦੋਂ ਇਹ ਸਾਰਾ ਕੰਮ ਹੋ ਗਿਆ ਹਾਂ ਫਿਰ ਉਧਰੋਂ ਕੁਝ ਜੀ ਇੱਥੇ ਪਿੰਡ ਵੀ ਆਇਆ ਕਿ ਨਹੀਂ ਆਏ ਨੇ ਆਏ ਨੇ ਉਹ ਸਰਦਾਰ ਸਿੰਘ ਆਇਆ ਨਾ ਅੱਛਾ ਉਹ ਰਿਹਾ ਫਿਰ ਇੱਥੇ ਉਹ ਸਾਰਾ ਪਿੰਡ ਫਿਰ ਉਹਨੂੰ ਫਰਾਇਆ ਸਾਂ ਅੱਛਾ ਉਹ ਫਿਰ ਦੱਸੇ ਸਾਨੂੰ ਆਹ ਫਲਾਣੇ ਦਾ ਘਰ ਸੀ ਆਹ ਫਲਾਣੇ ਦਾ ਘਰ ਸੀ ਆਹ ਫਲਾਣੇ ਦਾ ਘਰ ਸੀ ਬਿਲਕੁਲ ਠੀਕ ਹੈ ਰਾਤ ਰਿਹਾ ਸੀ ਉਹਦੇ ਨਾਲ ਉੱਦਣ ਆਏ ਸਨ ਬੰਦੇ ਉਹ ਤ੍ਰੈ ਉੱਥੋਂ ਆਏ ਸਨ ਲਾਹੌਰੋਂ ਅਸਾਂ ਹੀ ਜਾ ਕੇ ਲਿਆਂਦੇ ਵੀ ਸਨ ਸਾਡੇ ਇਹਨਾਂ ਚੌਧਰੀਆਂ ਨੇ ਅਤੇ ਇੱਕ ਇਹ ਜਾਮ ਕੇ ਚੱਠੇ ਦਾ ਨੰਬਰਦਾਰ ਸੀ ਅੱਛਾ ਇੱਕ ਕਿੰਗਰ ਵਾਲੀ ਪਿੰਡ ਏ ਕਾਮੋਕਿਆਂ ਦੇ ਨਾਲ ਨਾਲ ਨਾਰ ਦੇ ਕਿੰਗਰ ਵਾਲੀ ਉਹ ਜਿਹੜਾ ਕਿੰਗਰ ਵਾਲੀ ਵਾਲਾ ਸਿੱਖ ਸੀ ਨਾ ਬੜੇ ਕੱਦ ਵਾਲਾ ਅਤੇ ਬੜਾ ਜਣਾ ਭਾਰਾ ਅਤੇ ਸੋਹਣਾ ਹਾਂ ਬੜਾ ਸੋਹਣਾ ਜਵਾਨ ਚੰਗਾ ਕੱਦ ਏਡੀ ਏਡੀ ਦਾੜੀ ਅਤੇ ਇਹ ਤ੍ਰੈ ਉਦੋਂ ਆਏ ਸਨ ਉਸ ਤੋਂ ਬਾਅਦ ਫਿਰ ਕੋਈ ਦੋ ਕੁ ਸਾਲ ਬਾਅਦ ਨਾ ਉਹਦਾ ਭਰਾ ਅਤੇ ਉਹਦਾ ਪੁੱਤਰ ਇਹ ਦੋਵੇਂ ਫਿਰ ਆਏ ਸਨ ਹੈਂਜੀ ਪੁਰਾਣਾ ਵਕਤ ਫਿਰ ਯਾਦ ਕਰਦੇ ਹਨ ਹਾਂ ਅਤੇ ਉਂਝ ਜਿਹੜੇ ਬਾਬਾ ਬਰਿਆਰ ਸੀ ਨਾ ਉਹਨੂੰ ਵਿੱਚ ਬੰਦਿਆਂ ਨੇ ਦਿਲੋਂ ਕੀਤੀ ਵੀ ਆ ਤੂੰ ਉਸ ਆਖਿਆ ਯਾਰ ਸਾਡਾ ਦਿਲ ਨਹੀਂ ਕਰਦਾ ਜਾਣ 'ਤੇ ਮੇਰਾ ਚਾਚਾ ਵੀ ਉੱਥੇ ਮਰ ਗਿਆ ਮੇਰਾ ਭਰਾ ਵੀ ਮਰ ਗਿਆ ਚਾਚੇ ਦਾ ਪੁੱਤਰ ਤੇ ਇਸ ਵਜ੍ਹਾ ਤੋਂ ਫਿਰ ਮੇਰਾ ਸਾਡਾ ਨਾ ਉੱਥੇ ਜ਼ਖਮ ਤਾਜ਼ਾ ਨਾ ਹੋ ਜਾਵੇ ਜ਼ਖਮ ਆ ਮੇਰਾ ਆਉਣ ਤੇ ਥੋੜ੍ਹਾ ਜਿਹਾ ਉਹ ਜਿਹੜਾ ਸਿੱਖ ਆਇਆ ਸੀ ਨਾ ਪਹਿਲਾਂ ਹਾਂਜੀ ਉਹ ਜਿਹੜੇ ਬੰਦੇ ਨੇ ਮੇਰਾ ਮਤਲਬ ਉਹ ਸਿੱਖ ਕਤਲ ਕੀਤਾ ਸੀ ਉਸ ਨੇ ਲਗਾ ਆਉਂਦਾ ਸੀ ਅਸੀਂ ਕੋਲ ਬੈਠੇ ਹਾਂ ਤਾਂ ਮੈਨੂੰ ਫਿਰ ਜਿਹੜਾ ਚੌਧਰੀ ਸੀ ਨਾ ਉਹ ਡੇਰੇ ਵਾਲਾ ਚੌਧਰੀ ਮਨਜ਼ੂਰ ਅਮਨ ਉਸ ਜਦੋਂ ਵੇਖਿਆ ਨਾ ਤਾਂ ਉਹ ਸਿਝਾਨ ਲਿਆ ਸਿੱਖ ਨੇ ਉਹਨੂੰ ਸਿਝਾਨ ਲਿਆ ਅਤੇ ਉਸ ਉਹਨੂੰ ਆਖਿਆ ਮਨਜ਼ੂਰ ਇਹਨੂੰ ਆਖ ਮੇਰੇ ਮੱਥੇ ਨਾ ਲੱਗੇ ਪੀਹਾਂ ਟੋਲ ਕੇ ਉਹ ਫਿਰ ਮੈਂ ਭੱਜ ਕੇ ਜਾ ਕੇ ਨਾ ਅਤੇ ਮੈਂ ਅੱਗੋਂ ਜਾ ਕੇ ਸੁਣਿਆ ਮੈਂ ਕਿਹਾ ਵੀ ਚਾਚਾ ਉਹ ਆਉਂਦਾ ਮੇਰੇ ਮੱਥੇ ਨਾ ਲੱਗੇ ਹੈਂਜੀ ਇਹ ਤਾਂ ਸੂਫੀ ਸਾਹਿਬ ਉਹ ਮਸਲਾ ਨਹੀਂ ਜੋ ਜਿਹਾ ਵਕਤ ਰੱਬ ਚਲੋ ਉਹ ਬਹਰਹਾਲ ਸਾਡੇ ਪਿੰਡ ਦਾ ਠੱਠ ਪਿਆਰ ਬੜਾ ਸੀ ਹਾਂ ਪਹਿਲਾਂ ਸਾਡੇ ਪਿੰਡ ਦਾ ਬਹੁਤ ਵੱਡਾ ਠੱਠ ਪਿਆਰ ਸੀ ਰਲ ਕੇ ਲੋਕ ਵੱਸਦੇ ਸਨ ਇੱਕੀ ਦੂਜੇ ਨੂੰ ਕੰਮ ਲੈਣੇ ਦੇਣੇ ਖੁਸ਼ੀ ਗਮੀ ਦੇ ਇਕੱਠਿਆਂ ਹੋਣਾ ਅਤੇ ਘਰ ਸੀ ਸਾਡਾ ਹੀ ਮੇਰੇ ਜਿਹੜੇ ਦਾਦੇ ਸਨ ਨਾ ਉਹ ਮੁਸਲਮਾਨੇ ਕੰਮ ਦੇ ਵੀ ਵਿੱਚ ਮੁਸਲਫ ਹੁੰਦੇ ਹਨ ਅਤੇ ਉਹਨਾਂ ਦੇ ਕੰਮ 'ਚ ਵੀ ਹੁੰਦੇ ਹਨ ਹੋਰ ਜੇ ਇੱਥੇ ਹੈ ਸੀ ਕੋਈ ਨਾ ਉਦੋਂ ਮਜ਼ਹਬੀ ਲਿਹਾਜ਼ ਦੇ ਨਾਲ ਇੱਥੇ ਕਿਸ ਤਰ੍ਹਾਂ ਦਾ ਸਿਸਟਮ ਸੀ ਮਿਸਾਲ ਦੇ ਈਦ ਆ ਗਈ ਹੈ ਮੁਸਲਮਾਨਾਂ ਦੀ ਛੋਟੀ ਵੱਡੀ ਰੋਜ਼ੇ ਆ ਗਏ ਉਹ ਨਹੀਂ ਸਨ ਡੱਕਦੇ ਨਹੀਂ ਸਨ ਡੱਕਦੇ ਉਹ ਜਿਹੜਾ ਬੰਦਾ ਕਤਲ ਹੋਇਆ ਸੀ ਮੁੱਲਾ ਸਿੰਘ ਹਾਂ ਮੁੱਲਾ ਸਿੰਘ ਹਾਂਜੀ
मालक धरिया गया इन्हों का गुरद्वारे च जिवें साडा इमाम मस्जिद हुंदा असीं ते मौलवी आने ना ये भाई सद्दे हन वो जिस वक्त मस्जिद अजान होनी ना तो उस नालो अपना संघ पूरना वो तूता जिहा हुंदा सी उहनां कोल उहदे च फूक मारनी तो आवाज़ फिर उहदा बड़ा निकलना वो फिर उहनूं सद्दिया उस आख्या साडी गल सुन लै गो साडा मज़हब हो रहे बिल्कुल ठीक जे उन्हां दी अज़ान तो जां खबरदार काम आज तो पिछे तू नहीं करना या पहला या बाद ऐ नहीं काम करना वो भाई फिर जरा भाई का की गुजर सी भाई तो एक मेरा मतलब मेहनती बंदा सी है जी वो मालक सी चट्ठा सी सरदार सी नंबरदार सी पिंड का हिसाब न चलो नंबरदार तो नहीं सी बहरहाल बड़ा वड्डा नाम सी उहदा इलाके च नाम सी चोरां यारां दा एडा कु वड्डा हो गया सज्जन सी साडे पिंडों जिहड़ा डंगर चोरी हो गया उस आखणा ना जायज लैण मैं आपे लै आवांगा इंज दा बंदा सी लो जी बुजुर्गो बहुत वड्डा शुक्रिया खैर होवे कीमती वक्त सानू दित्ता है मैं इन्ना कदी मेरे दिल च नहीं कदी गल आई है अज तुहाड़ी गल्लां सुन के मेरे आंसू आने शुरू हो गए उहदी वजह इह है कि तुसीं जिस लगन नाल सुनाई है ना गल गल हकीकत मबनी सुनाई गल कोई प्यार नाल ते दलील नाल कोई सुनाई जाए ना गल बनदी फेर एवें जिहड़ी भावें जी गल होंदी उह वी करन दा तुक नहीं होंदा हां ਇਹ ਜਿਹੜੇ ਗਰੀਬ ਲੋਕ ਸਨ ਪਿੰਡ ਦੇ ਵਿੱਚ ਜਿਹੜੇ ਸਨ ਉਹਨਾਂ ਦੀ ਕੋਈ ਇਮਦਾਦ ਵੀ ਕਰਦੇ ਸਨ ਬੜੀ ਵੱਡੀ ਅੱਛਾ ਬੜੀ ਵੱਡੀ ਇਮਦਾਦ ਕਰਦੇ ਹਜੇ ਹੁਣ ਇੱਕ ਨਿੱਕਾ ਜੇ ਤੁਹਾਨੂੰ ਥੋੜਾ ਜਿਹਾ ਗੱਲ ਸੁਣਾਣਾ ਦੂਜੀ ਇਮਦਾਦ ਨੂੰ ਤੇ ਛੱਡੋ ਨਾ ਹਾਂਜੀ ਧੀਆਂ ਦਿਆਣੀਆਂ ਦੀਆਂ ਸ਼ਾਦੀਆਂ ਉੱਤੇ ਦਾਣੇ ਘੱਲਣੇ ਖਰਾਸਾਂ ਦੇ ਮਾਲ ਘੱਲਣਾ ਦਾਣੇ ਪੀਣ ਵਾਸਤੇ ਬਾਲਣ ਘੱਲਦੇ ਨੇ ਦੁੱਧ ਘੱਲਦੇ ਨੇ ਸਾਡੇ ਪਿੰਡ ਦਿਆਂ ਘੁਮਿਆਰਾਂ ਦਾ ਇੱਕ ਖੱਚਰ ਹੁੰਦਾ ਸੀ ਸਹੀ ਖਟਰਾ ਬੜਾ ਭੈੜਾ ਘੋੜਿਆਂ ਦਾ ਵੈਰੀ ਉਹਨਾਂ ਦਾ ਘੋੜਾ ਇਸ ਤਰ੍ਹਾਂ ਦੇ ਚੋਰ ਸੀ ਬੜਾ ਵੱਡਾ ਸਿਆਲਕੋਟ ਮੱਝੀ ਖੋਲੀਆਂ ਨੇ ਜਾ ਉੱਤੇ ਲੱਦਣੇ ਨੇ ਜਗਤੇ ਵਾਲੇ ਖੂਹ ਦੇ ਆ ਜਾਣੇ ਮੱਝੀ ਬਾਹ ਦੱਸ ਪਈਆਂ ਹੋਣ ਐਡਾ ਘੋੜਾ ਬੜੀ ਆਮ ਸੀ ਘੋੜੇ ਜਿਸ ਵਕਤ ਵੇਖਿਆ ਨਾ ਘੋੜਾ ਖਜਰਾ ਖੁੱਲ ਗਿਆ ਘੁਮਿਆਰਾਂ ਦਾ ਕਿਲੇ ਇਹ ਜਿਉਂ ਭੱਜਿਆ ਉਹਨਾਂ ਨੇ ਡੇਰੇ ਤੁਰ ਗਿਆ ਇਹ ਘੋੜੇ ਜਾ ਗਲ ਪੈ ਗਏ ਘੋੜਾ ਥਾਂ ਮਾਰ ਛੱਡਿਆ जे थां मार छड़िया ते हुण घुमिहार जिहड़े सन इह विचारे की सन हाँ बिल्कुल जी भी नहीं सन कुछ भी नहीं सन इह हुण विचों डर गया भई असीं खचरा किवें जाके लिया भी खचरा सानूं उहनां देणा खचरा ते किले रह गया सानूं उहनां मारना मारना इंज करना उह इक ऐस दुकान दी खुर बैठा होया कि तुर गया हाजी शेरमल ने मेरा उहदा प्यार भी आया सी ते हुण ते चलो उंज ही नहीं आउंदा जरा इत्थे वडेरा ਉਹਦੇ ਨਾਲ ਪਿਆਰ ਮੇਰਾ ਵਾਹਵਾ ਉਹ ਛੋਟਾ ਜਿਹਾ ਸੀ ਇਹ ਉਹ ਫਿਰ ਆਪਣੀ ਮਾਂ ਨੂੰ ਨਾਲ ਲੈ ਕੇ ਗਿਆ ਅੱਛਾ ਉਹਨਾਂ ਦੇ ਡੇਰੇ 'ਤੇ ਡੇਰੇ 'ਤੇ ਠੀਕ ਹੈ ਫਿਰ ਮੈਂ ਉਹ ਮਾਂ ਉਹਦੀ ਆਖਿਆ ਚੱਲ ਹਾਂ ਬੱਚਾ ਤੂੰ ਮੇਰੇ ਨਾਲ ਉੱਥੇ ਦੇਖ ਗਿਆ ਅਤੇ ਉਹਨਾਂ ਭੈਣ ਤੂੰ ਕੀ ਲੈਣ ਆਈ ਹੈ ਇਹ ਮੈਂ ਤਾਂ ਆਈ ਹਾਂ ਮੱਲਾ ਭਾਈ ਮੱਲਾ ਸਿੰਘਾ ਤੁਹਾਡਾ ਮਾ ਸਾਡੇ ਖਜਰੇ ਨੇ ਘੋੜਾ ਮਾਰ ਛੱਡਿਆ ਅਤੇ ਹੈ ਤਾਂ ਬੜਾ ਮਨ ਹੈ ਇਸ ਗੱਲ ਦਾ ਸਾਨੂੰ ਅਤੇ ਹੁਣ ਤੇਰੇ ਜਿਹੜੇ ਭਰਾ ਸਨ ਉਹ ਨਹੀਂ ਸਨ ਆਉਂਦੇ ਉਹ ਡਰਦੇ ਸਨ ਵਿੱਚੋਂ ਆਉਂਦਿਆਂ ਸਾਨੂੰ ਉਹਨਾਂ ਮਾਰਨਾ ਅਤੇ ਮੈਂ ਚਲੋ ਆ ਗਈ ਹਾਂ ਹੁਣ ਫਿਰ ਜਿਵੇਂ ਤੇਰੀ ਮਰਜ਼ੀ ਹੈ ਉਸ ਆਖਿਆ ਆ ਖਜਰਾ ਖੋਲੋ ਨਾ ਆਪਣਾ ਅਤੇ ਲੈ ਜਾਓ ਅਤੇ ਨਾ ਨਾ ਕਿਸੇ ਅੱਗੇ ਲਿਆ ਜੇ ਆ ਇਸ ਤਰ੍ਹਾਂ ਮਤਲਬ ਸਾਡਾ ਹੁਣ ਘਾਟਾ ਕਰਦੇ ਫਿਰੋ ਸਹੀ ਹੈ ਨਾ ਨਾ ਕਿਸੇ ਅੱਗੇ ਲਿਆ ਜੇ ਆ ਅਤੇ ਉੱਥੋਂ ਜਨਾਬ ਉਹਨਾਂ ਖਜਰੇ ਨੂੰ ਲਗਾਮ ਚਾੜ ਕੇ ਪੂਰਾ ਸੜਕ 'ਤੇ ਛੱਡ ਕੇ ਉਹਨਾਂ ਆਖਿਆ ਲੈ ਵੇ ਪੁੱਤਰਾ ਨਾਲ ਲੈ ਜਾ ਆਪਣਾ
है नी, वह इन खलाकी बंदे हैं। बड़ा खलाक सी, बड़ी मोहब्बत सी, बड़ा प्यार सी, हुण ओह गल ही नहीं रही है। मोन हुण ते ऐ हुण हकीकत तुहानूं दसीए, ओह पिंड दे विच चौथी नुक्कर ते घर है मेरा। हाँ जी। ते साडा तोड़ों लग के वसनीक पत्ती च बहन खलौने वैसे ना बैठे ही, वसनीक पत्ती जी बहन इन्हां नाल ही मरण जाने, इन्हां नाल ही लैन देने, इन्हां नाल ही सब कुछ रखे आ। ਅਸੀਂ ਹੋਰ ਕਿਸੇ ਦੇ ਘਰ ਕਦੀ ਗਏ? ਮੁਹੱਬਤ ਦੀ ਗੱਲ ਹੈ ਨਾ। ਹਾਂ ਜੀ, ਬਹੁਤ ਸ਼ੁਕਰੀਆ ਜਨਾਬ, ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਅਤਾ ਫਰਮਾਏ।